अस्सलाम वालेकुम जी। ए देखो जी, तुसी लोग सोच रहे होने जे कि डॉक्टर साहब जेड़े आ बांह पाण लगे आ ते प्रेगनेंसी चेक करन लगे आ कि आ बच्चा किन्ने महीने दा गबना। ए गौर ना देखो, ये बच्चा वा गां कोई नहीं है, लेकिन ये बावजूद जेड़ा वा डॉक्टर साहब ने बांह नूं तेल ला लिया ते हुण चढ़ाण लगे आ, ते आखिर इहदी की वजह है? असल दे विच सानूं शक पिया है कि इस बच्चे दा ना मैदा बिलकुल ना बंद है, इस टाइम कोई इहदी अपना मोटिलिटी शो नहीं कर रहा। ठीक है, इस करके कन्फर्म करन वास्ते कि क्या वाकई इहदा मैदा बंद है, डॉक्टर साहब जेड़े हुण बाजू पा के चेक करनगे। डॉक्टर साहब चेक करो, किन्ने महीने दा गब्बा होना, चंगी तरह दसना यारा, गलती ना लगे, हौली हौली पाओ यार, हौली हौली। हुण दे दे कोई खुशखबरी, खुशखबरी जी। लेकिन थलों ते मैनूं लगदा वा कि अपना पूरे दिन दा वा, बस खतम हो गया। बस डॉक्टर साहब तेल इहदे अंदर सुट्टो, अनीमा करो इहदा, ਇਹਦੇ ਅੰਦਰ ਮਲੋ। ਅਸਲ ਦੇ ਵਿੱਚ ਇਸ ਬੱਚੇ ਦਾ ਮੈਦਾ ਬੰਦ ਹੋਇਆ ਹੈ, ਠੀਕ ਹੈ, ਅਤੇ ਬਾਕੀ ਸਾਰਾ ਟ੍ਰੀਟਮੈਂਟ ਕਰਤਾ ਹੈ ਓਰਲੀ, ਕਾਲਕੋਰੈਕਸ, ਮੈਗਨੇਸ਼ੀਅਮ ਸਲਫੇਟ, ਅਲਵੀਜਸ ਪਾਊਡਰ, ਮਿੱਠਾ ਸੋਡਾ, ਇਹ ਸਾਰੀਆਂ ਜਿਹੜੀਆਂ ਦਵਾਈਆਂ ਤੁਹਾਨੂੰ ਦੱਸੀਆਂ ਨੇ ਇਹਨੂੰ ਦੇ ਚੁੱਕੇ ਹਾਂ। ਹੁਣ ਅਸਾਂ ਚੈੱਕ ਕਰ ਰਹੇ ਹਾਂ ਕਿ ਹਾਂ ਕੋਈ ਫਰਕ ਪਿਆ ਹੈ ਕਿ ਨਹੀਂ, ਅਤੇ ਅਲਹਮਦੁਲਿਲਾ ਥੋੜ੍ਹਾ ਜਿਹਾ ਫਰਕ ਪਿਆ ਆ। ਦੇਖੋ ਤੁਸੀਂ ਗੋਬਰ ਇਹਨੇ ਕੱਢਿਆ, ਇਹ ਠੀਕ ਹੋ ਗਿਆ, ਬਾਕੀ ਥੋੜ੍ਹਾ ਜਿਹਾ ਨੀਮਾ ਕਰ ਦਿੰਦੇ ਹਾਂ ਅਤੇ ਇਨਸ਼ਾਅੱਲਾ ਉਮੀਦ ਆ ਕਿ 2 ਦਿਨ ਦੇ ਵਿੱਚ ਨਾ ਬਿਹਤਰ ਹੋ ਜਾਏਗਾ। ਹੋਰ ਕਰੋ ਡਾਕਟਰ ਸਾਹਿਬ ਜੀ, ਬਾਕੀ ਹੁਣ 4 ਤੋਂ 5 ਦਿਨ ਲਗਾਤਾਰ ਇਹਨੂੰ ਦਹੀਂ ਤੇਲ ਅਸਾਂ ਦਾਂਗੇ, ਠੀਕ ਹੋ ਗਿਆ, ਨਾਲ ਮਿੱਠਾ ਸੋਡਾ, ਅਲਵੀਜਸ ਪਾਊਡਰ, ਕਾਲਕੋਰੈਕਸ ਸੀਰਪ, ਅਤੇ ਇਨਸ਼ਾਅੱਲਾ ਜਿਹੜਾ ਨਾ ਤਕਰੀਬਨ 2 ਤੋਂ 3 ਦਿਨ ਤੱਕ ਨਾ ਬੱਚਾ ਬਿਲਕੁਲ ਫਿੱਟ ਹੋ ਜਾਏਗਾ। ਅਤੇ ਨਾਲ ਤੁਹਾਨੂੰ ਇਨਸ਼ਾਅੱਲਾ ਖੁਸ਼ਖਬਰੀ ਵੀ ਦੇਣਗੇ ਡਾਕਟਰ ਸਾਹਿਬ ਐਂਡ 'ਤੇ ਕਿ ਕੀ ਗੱਲ ਵਾਕਈ ਇਹ ਸੁਣਨ ਵਾਲਾ ਹੈ ਕਿ ਜਾਂ ਖਾਲੀ ਹੈ। ਡਾਕਟਰ ਸਾਹਿਬ ਹੋਰ ਡਾਕਟਰ ਸਾਹਿਬ ਅੰਦਰ ਸੁੱਟੋ ਇਹਦੇ ਅੰਦਰ, ਉਹ ਤੇਲ ਥੋੜ੍ਹਾ ਵਾ, ਨਹੀਂ ਤਾਂ ਪਾਈਪ ਲੈ ਆਉਂਦੇ ਨਾ ਅਤੇ ਉਹਦੇ ਨਾਲ ਸੁੱਟਦੇ ਅੰਦਰ ਇਹਦੇ, ਠੀਕ ਹੋ ਗਿਆ, ਕੋਈ ਮਸਲਾ ਨਹੀਂ, ਇਨਸ਼ਾਅੱਲਾ ਹੋ ਜਾਏਗਾ 2 ਤੋਂ 3 ਦਿਨ ਦੇ ਅੰਦਰ ਅੰਦਰ ਨਾ ਠੀਕ ਹੋ ਜਾਏਗਾ, ਕੋਈ ਮਸਲਾ ਨਹੀਂ ਹੈ, ਪਰੇਸ਼ਾਨ ਨਹੀਂ ਲੈਣੀ ਹੈ। ਇਹ ਜੀ ਹੁਣ ਦਹੀਂ ਅਤੇ ਤੇਲ ਅਸਾਂ ਮਿਕਸ ਕਰ ਲਿਆ, ਠੀਕ ਹੋ ਗਿਆ, ਇਹ ਬੱਚੇ ਨੂੰ ਪਿਲਾਵਾਂਗੇ ਅਤੇ ਇਨਸ਼ਾਅੱਲਾ 2 ਦਿਨ ਦੇ ਅੰਦਰ ਅੰਦਰ ਜਿਹੜਾ ਬੱਚਾ ਹੈ ਬਿਲਕੁਲ ਸੈੱਟ ਹੋ ਜਾਏਗਾ। ਜਿਹੜੇ ਵੀ ਕਿਸੇ ਬੱਚੇ ਦਾ ਮੈਦਾ ਬੰਦ ਹੋਵੇ, ਘੱਟ ਖਾਂਦਾ ਹੋਵੇ, ਜਗਾਲੀ ਘੱਟ ਖਾਂਦਾ ਹੋਵੇ, ਤਾਂ ਉਹਦੇ ਵਾਸਤੇ ਦਹੀਂ ਤੋਂ ਬੈਸਟ ਚੀਜ਼ ਕੋਈ ਨਹੀਂ ਹੈ। ਤੁਸੀਂ ਦਹੀਂ ਦੀ ਜਗ੍ਹਾ 'ਤੇ ਯੀਸਟ ਵੀ ਯੂਜ਼ ਕਰ ਸਕਦੇ ਜੇ, ਲੇਕਿਨ ਇਸ ਟਾਈਮ ਸਾਡੇ ਕੋਲ ਯੀਸਟ ਨਹੀਂ ਸੀ ਹੈ, ਇਸ ਕਰਕੇ ਅਸਾਂ ਨਾ ਦਹੀਂ ਜਿਹੜਾ ਹੈ ਉਹ ਯੂਜ਼ ਕਰਨ ਲੱਗੇ ਹਾਂ। ਅਤੇ ਤੁਸੀਂ ਵੀ ਆਪਣੇ ਜਾਨਵਰ ਕਿਸੇ ਦਾ ਵੀ ਅਗਰ ਮੈਦਾ ਬੰਦ ਹੁੰਦਾ ਹੈ ਤਾਂ ਇਹ ਵਾਲਾ ਨੁਸਖਾ ਲਾਜ਼ਮੀ ਦਿਓ, ਇਨਸ਼ਾਅੱਲਾ 2 ਦਿਨ ਬਾਅਦ ਤੁਹਾਡੇ ਨਾਲ ਰਿਜ਼ਲਟ ਵੀ ਸ਼ੇਅਰ ਕਰਾਂਗੇ। ਆਓ ਜੀ, ਓਕੇ। ਇਹ ਜੀ ਵੱਡਾ ਟੀਕਾ ਜਿਹੜਾ ਹੈ ਦੇਣ ਲੱਗੇ ਹਾਂ ਇਹਨੂੰ, ਠੀਕ ਹੋ ਗਿਆ, ਇਹ ਦੇਖੋ ਜਿਹੜਾ ਚੈੱਕ ਕਰੋ, ਡਰੈਂਚਿੰਗ ਗਾਨੇ ਇਹਦੇ ਨਾਲ ਇਹਨੂੰ ਕਿਸੇ ਕਿਸਮ ਦਾ ਵੀ ਉੱਥੂ ਜਿਹੜਾ ਹੈ ਉਹ ਨਹੀਂ ਲੱਗੇਗਾ, ਠੀਕ ਹੋ ਗਿਆ, ਬੜੇ ਆਰਾਮ ਸਕੂਨ ਦੇ ਨਾਲ ਪੀਏਗਾ। ਜਿਹੜਾ ਤੁਸੀਂ ਜ਼ਬਰਦਸਤੀ ਕਰਦੇ ਨਾ ਨਾਲਕੇ ਦੇ ਨਾਲ, ਉਹਦੇ ਨਾਲ ਜਾਨਵਰ ਨੂੰ ਉੱਥੂ ਲੱਗਣ ਦੇ ਬੜੇ ਚਾਂਸ ਹੁੰਦੇ ਆ, ਲੇਕਿਨ ਇਹਦੇ ਨਾਲ ਕੋਈ ਵੀ ਉੱਥੂ ਨਹੀਂ ਲੱਗੇਗਾ। ਇਹ ਦੇਖੋ, ਲੈ ਇਹ ਦੇਖੋ ਕਿੱਡਾ ਆਸਾਨ ਤਰੀਕਾ ਹੈ, ਦੇਖੋ। ਅਤੇ ਕਦੇ ਵੀ ਜਾਨਵਰ ਨੂੰ ਜਿਹੜਾ ਲਿਕੁਇਡ ਚੀਜ਼ ਦਿੰਦਿਆਂ ਹੋਇਆ ਉਹਦੀ ਜ਼ਬਾਨ ਨਹੀਂ ਤੁਸੀਂ ਪਕੜਨੀ ਹੈ, ਠੀਕ ਹੋ ਗਿਆ। ਅੱਛਾ, ਜਦੋਂ ਵੀ ਮੈਦੇ ਦਾ ਮਸਲਾ ਹੋਏਗਾ ਜਾਨਵਰ ਨੂੰ, ਤਾਂ ਕਦੀ ਵੀ ਜਿਹੜਾ ਉਹਦਾ ਟੈਂਪਰੇਚਰ ਜਿਹੜਾ ਹੈ ਨਾ ਉਹ ਹਾਈ ਨਹੀਂ ਹੋਏਗਾ, ਠੀਕ ਹੋ ਗਿਆ। ਅਗਰ ਟੈਂਪਰੇਚਰ ਲੋ ਹੈ, ਜਾਨਵਰ ਖਾਣਾ ਪੀਣਾ ਛੱਡ ਗਿਆ ਹੈ, ਤਾਂ ਤੁਸੀਂ ਲਾਜ਼ਮੀ ਜਿਹੜਾ ਹੈ ਉਹਦਾ ਮੈਦੇ ਵੱਲ ਨੂੰ ਜਾਵੋ, ਉਹਨੂੰ ਚੈੱਕ ਕਰੋ ਕਿ ਇਹਦਾ ਮੈਦਾ ਤਾਂ ਨਹੀਂ ਬੰਦ, ਹਿਊਮਨ ਸਟੇਸਿਸ ਤਾਂ ਨਹੀਂ ਹੋ ਗਈ, ਠੀਕ ਹੋ ਗਿਆ। ਬਾਅਦ ਲੋਕ ਕੀ ਕਰਦੇ ਨੇ, ਟੈਂਪਰੇਚਰ ਲੈਂਦੇ ਨੇ 102 ਵਾ ਯਾਰ ਟੈਂਪਰੇਚਰ 'ਤੇ।